ਹਰੇਕ ਕਹੀ ਜਾਂਦਾ ਮੈਂ ਪੰਜਾਬ ਬਚਾਉਣਾ, ਮੈਂ ਪੰਜਾਬ ਬਚਾਉਣਾ, ਇਹ ਨਹੀਂ ਦੱਸਦਾ ਕੋਈ ਲੁੱਟਿਆ ਕੀ ਨਹੀਂ ਸੀ, ਬਚਾਉਣ ਵਾਲੇ ਬੜੇ ਨੇ ਜੀ। ਪੰਜਾਬ ਨੂੰ ਬਚਾ ਲਓ, ਸਹੀ ਮੈਂ ਦੱਸਾਂ, ਮੈਂ ਮਖੌਲ ਦੀ ਗੱਲ ਨਹੀਂ, ਮੈਂ ਸਹੀ ਕਰਿਆ। ਜੈ ਜੀ ਹਾਲਾਤ ਆ ਝਾੜੂ ਵਾਲਿਆਂ ਨੇ ਬਣਾਤੀ ਹੈ, ਪੰਜਾਬ ਨੂੰ ਬਚਾ ਲਓ। ਲੁੱਟਿਆ ਕੀ ਨਹੀਂ ਸੀ, ਇਹ ਤਾਂ ਦੱਸ ਦਿਓ, ਤੁਹਾਡਾ ਤਾਂ ਰਾਜ ਰਿਹਾ, ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ, ਸਾਨੂੰ ਤਾਂ ਮਹੀਨੇ ਵੀਹ ਹੋਏ ਨੇ, ਵੀਹ ਮਹੀਨਿਆਂ 'ਚ ਤੁਸੀਂ ਐਂ ਕਰੋ, ਇੱਕ ਸਿੰਗਲ, ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ, ਜੇ ਤੁਹਾਡਾ ਇਲਜ਼ਾਮ ਲੱਗ ਜੇ ਭਗਵੰਤ ਮਾਨ ਨੇ, ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ। ਮੈਂ ਤਾਂ ਕਿਹਾ ਹੋਇਆ ਕਿ ਇੱਕ ਪਾਸੇ ਸਲਫਾਸ ਪਈ ਹੋਵੇ, ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ, ਮੈਂ ਸਲਫਾਸ ਦੀ ਗੋਲੀ ਖਾਊਂਗਾ, ਮੈਂ ਰੁਪਈਆ ਨਹੀਂ ਖਾਂਦਾ। ਜਿਹੜੇ ਲੀਡਰ ਨੇ ਨਾ, ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਹੈ, ਕੋਈ ਹਰਸਿਮਰਤ ਕੌਰ ਵਾਲੇ ਕੋਟੇ 'ਚੋਂ ਹੈ, ਕੋਈ ਮਜੀਠੀ ਵਾਲੇ ਕੋਟੇ 'ਚੋਂ ਹੈ, ਕੋਈ ਸੁਖਬੀਰ ਵਾਲੇ ਕੋਟੇ 'ਚੋਂ ਹੈ, ਇੱਕ ਮੈਂ ਹਾਂ ਲੋਕਾਂ ਵਾਲੇ ਕੋਟੇ 'ਚੋਂ ਹਾਂ ਜੀ। ਮੈਂ ਤਾਂ ਮੈਨੂੰ ਪੁੱਛ ਰਹੇ ਨੇ ਪੱਤਰਕਾਰ, ਤੁਸੀਂ ਕਿਹੜੇ ਕੋਟੇ 'ਚੋਂ? ਮੈਂ 3.5 ਕਰੋੜ ਲੋਕਾਂ ਵਾਲੇ ਕੋਟੇ 'ਚੋਂ ਹਾਂ। ਮੈਂ ਤਾਂ ਆਹ ਮੈਨੂੰ ਐਂ ਨਹੀਂ ਕਹਿੰਦਾ, ਉਹ ਮੈਨੂੰ ਉਹ ਕਹਿੰਦਾ, ਐਂ ਨਹੀਂ ਕਹਿੰਦਾ ਉਹ ਕਹਿੰਦਾ, ਕੋਈ ਪੰਜਾਬ ਦੇ ਮੁੱਦੇ ਨੇ ਇਹ, ਪੰਜਾਬ ਦੇ ਮੁੱਦੇ ਨੇ ਰੁਜ਼ਗਾਰ, ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜ਼ਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦ ਧੰਦਾ ਬਣਾਉਣਾ, ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ 'ਚ, ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ। ਇਹ ਪੰਜਾਬ ਦੇ ਮੁੱਦੇ ਥੋੜ੍ਹੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ, ਉਹਨੇ ਇਹਦੀ ਫੋਟੋ ਕਿਉਂ ਲਾ ਲਈ, ਉਹਦੇ ਉਹਦੀ ਫੋਟੋ ਕਿਉਂ ਲਾ ਲਈ, ਗੱਲ ਹੈ ਕਿ ਬਾਕੀ ਜਿਹੜੇ ਲੀਡਰ ਨੇ ਨਾ, ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਹੈ, ਕੋਈ ਰਾਹੁਲ ਗਾਂਧੀ ਦੇ ਕੋਟੇ 'ਚੋਂ ਹੈ, ਕੋਈ ਪ੍ਰਿਅੰਕਾ ਗਾਂਧੀ ਵਾਲੇ ਕੋਟੇ 'ਚੋਂ ਹੈ, ਕੋਈ ਸੋਨੀਆ ਗਾਂਧੀ ਵਾਲੇ ਕੋਟੇ 'ਚੋਂ ਹੈ, ਇੱਕ ਮੈਂ ਹਾਂ ਲੋਕਾਂ ਵਾਲੇ ਕੋਟੇ 'ਚੋਂ ਹਾਂ ਜੀ। ਮੈਂ ਤਾਂ ਮੈਨੂੰ ਪੁੱਛ ਰਹੇ ਨੇ ਪੱਤਰਕਾਰ, ਤੁਸੀਂ ਕਿਹੜੇ ਕੋਟੇ 'ਚੋਂ? ਮੈਂ 3.5 ਕਰੋੜ ਲੋਕਾਂ ਵਾਲੇ ਕੋਟੇ 'ਚੋਂ ਹਾਂ। ਮੈਂ ਤਾਂ ਰੈਲੀਆਂ ਹੀ ਕਰੀ ਜਾਂਦੇ, ਉਹਨੇ ਰੈਲੀ ਵੱਡੀ ਕਰ ਲਈ, ਇਹਦੀ ਰੈਲੀ ਛੋਟੀ ਹੋ ਗਈ, ਮੈਂ ਹਾਈ ਕਮਾਂਡ ਨੂੰ ਦੱਸੂ, ਮੈਂ ਲੋਅ ਕਮਾਂਡ ਨੂੰ ਦੱਸੂ, ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਅ ਕਮਾਂਡ। ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ। ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੋ, ਕਦੇ ਸੁਣਿਆ? ਸਰਕਾਰ ਆਉਂਦੀ ਹੈ, ਆਉਣ ਸਾਰ ਸਰਕਾਰੀ ਜਿਹੜੇ ਅਦਾਰੇ ਹੁੰਦੇ ਨੇ ਉਹਨਾਂ ਨੂੰ ਘਾਟੇ 'ਚ ਦਿਖਾ ਕੇ ਆਪਦੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ। ਅਤੇ ਇੱਥੇ ਉਲਟੀ ਹੈ ਕੰਗਾ ਬਿਠਾਈ ਜਿਹੜੀ ਆਪਾਂ ਨੇ ਪੰਜਾਬ 'ਚ, ਅਸੀਂ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਵਾਲਾ ਜਿਹੜਾ ਥਰਮਲ ਪਲਾਂਟ 540 ਮੈਗਾਵਾਟ ਦਾ, ਉਹ ਪੰਜਾਬ ਸਰਕਾਰ ਨੇ ਖਰੀਦਿਆ। ਕੋਈ ਉਹਦਾ ਕਰਜ਼ਾ ਨਹੀਂ ਦੇਣਾ, ਕੋਈ ਉਹ 'ਤੇ ਕਹੀ ਜਾਂਦੇ ਨਾ, ਕੋਈ ਕੋਈ ਕਹੀ ਜਾਂਦਾ 6,000 ਦਾ, 6,000 ਕਰੋੜ ਕਰਜ਼ਾ ਸੀ, ਉਹ ਕਿੱਥੋਂ ਦੇਵਾਂ? ਪਤਾ ਹੀ ਨਹੀਂ ਜੀ, ਉਈਂ ਕਹਿ ਦਿੰਦੇ ਆ, ਉਈਂ ਚੱਕ ਦਿੰਦੇ ਆ। ਜੋ ਮਤਲਬ ਜੇ ਥਰਮਲ ਪਲਾਂਟ ਖਰੀਦ ਲਿਆ 1,000 ਕਰੋੜ 'ਚ, 1,080 ਕਰੋੜ 'ਚ, ਦੇਸ਼ ਦਾ ਸਭ ਤੋਂ ਸਸਤਾ ਸੌਦਾ ਜੀ ਇਹ। ਸੈਂਟਰ ਸਰਕਾਰ ਦੀਆਂ ਬਹੁਤ ਸਾਰੀਆਂ ਏਜੰਸੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਇਹ ਕੋਈ ਐਂ ਕੋਈ ਮੁਕਤਸਰ ਵਾਲੇ ਮੰਡੀ 'ਚੋਂ ਮੱਝ ਨਹੀਂ ਖਰੀਦੀ ਹੈਗੀ ਵੀ ਐਂ ਖਰੀਦ ਲਈ, ਸੰਗਲ ਫੜਾ ਤਾ, ਚਲੋ ਆ ਜਾਓ। ਉਹਦੀਆਂ ਫਾਰਮੈਲਿਟੀਆਂ ਨੇ, 1,080 ਕਰੋੜ ਹੀ ਦੇਣਾ ਹੈ 540 ਮੈਗਾਵਾਟ ਦਾ। ਕਈ ਲੱਗੇ ਹੋਏ ਨੇ, ਇਹ ਤਾਂ ਜੀ ਇਹ ਤਾਂ 6,000 ਕਰੋੜ ਕਰਜ਼ਾ ਸੀ, ਉਹ ਵੀ ਸਾਨੂੰ ਦੇਣਾ ਪਊ। ਔਰ ਲੱਗੇ ਵੀ ਕੌਣ ਹੋਏ ਨੇ? ਜਿਹਨਾਂ ਨੂੰ ਬਿਜਲੀ ਮੰਤਰਾਲਾ ਮਿਲਦਾ ਸੀ ਪਰ ਲਿਆ ਨਹੀਂ, ਵੀ ਉਦੋਂ ਲੈ ਲੈਂਦੇ ਬਈ ਬਿਜਲੀ ਮੰਤਰਾਲਾ, ਹੁਣ ਮੈਨੂੰ ਗਾਲਾਂ ਕੱਢਣ ਨਾਲੋਂ। ਆਪ ਕੁਝ ਕਰਨਾ ਨਹੀਂ, ਕਿਸੇ ਨੂੰ ਕੁਝ ਕਰਨ ਨਹੀਂ ਦੇਣਾ। ਸੋ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ, ਕੋਲਾ ਆਪਣੇ ਕੋਲ ਝਾਰਖੰਡ ਵਾਲੀ ਕੋਲੇ ਵਾਲੀ ਖਾਨ ਚਲਾਈ ਹੋਈ ਹੈ, ਕੋਲਾ ਆਮ ਹੈ ਜੀ, 2 ਰੁਪਇਆ ਬਿਜਲੀ ਹੋਰ ਸਸਤੀ ਹੋ ਜੂਗੀ, ਚਾਬੀਆਂ ਮਿਲ ਗਈਆਂ ਉਹਦੀਆਂ, ਉਹਨੂੰ ਵੀ ਚੱਲਦਾ ਹੈ, ਉਹ ਕਿਹੜਾ ਖੜਾ ਹੈ, ਚਲਾ ਲਾਂਗੇ, ਹੋਰ ਸਸਤੀ ਹੋ ਜੂਗੀ, ਆਪਾਂ ਹੋਰ ਵੇਚਣ ਲੱਗ ਜਾਂਗੇ ਬਿਜਲੀ ਦੂਜੇ ਸੂਬਿਆਂ ਨੂੰ। ਆਹੀ ਤਾਂ ਹੁੰਦਾ ਫਿਰ ਤਰੱਕੀ ਦਾ ਕਾਰਨ, ਪੈਸੇ ਕਿੱਥੋਂ ਆਉਣੇ ਨੇ, ਕਿੱਥੇ ਲਾਉਣੇ ਨੇ, ਇਹੀ ਸਰਕਾਰ ਹੁੰਦੀ ਹੈ, ਹੋਰ ਕੀ ਹੁੰਦੀ ਹੈ? ਪੈਸੇ ਤੁਹਾਡੇ ਨੇ, ਆਹ ਮੈਡਲਾਂ ਦੇ ਪੈਸੇ ਨੇ, ਇਹ ਮੈਂ ਦੇ ਰਿਹਾ ਜਾਂ ਮੈਂ ਕੋਈ ਘਰੇ ਮਸ਼ੀਨ ਲਾਈ ਹੋਈ ਹੈ ਵੀ ਉੱਥੋਂ ਚਾਪ ਚਾਪ ਦੇ ਜਾਊਂਗਾ ਮੈਂ? ਤੁਹਾਡੇ ਟੈਕਸ ਦਾ ਪੈਸਾ ਹੈ, ਕਿਸੇ ਨਾ ਕਿਸੇ ਰੂਪ 'ਚ ਤੁਸੀਂ ਟੈਕਸ, ਅੱਜ ਵੀ ਟੈਕਸ ਦੇ ਕੇ ਆਏ ਹੋ, ਤੇਲ ਤਾਂ ਪਵਾਇਆ ਹੋਊਗਾ, ਕਾਰਾਂ 'ਚ ਆਏ ਹੋਵੋਗੇ, ਗੱਡੀਆਂ 'ਚ ਆਏ ਹੋ, ਤੇਲ ਪਵਾਇਆ ਹੋਊ, ਰਸਤੇ 'ਚ ਟੋਲ ਪਲਾਜ਼ੇ ਵੀ ਆਏ ਹੋਣੇ, ਬਾਕੀ ਤਾਂ ਬੰਦ ਕਰਤੇ ਜਿਹੜੇ ਸੈਂਟਰ ਵਾਲੇ ਨੇ, ਉਹ ਰਹਿੰਦੇ ਨੇ ਬਸ, ਉਹ ਵੀ ਕਰਦਾ ਕੋਈ ਨਹੀਂ। ਅਤੇ
ਅੱਜ ਵੀ ਟੈਕਸ ਦੇ ਕੇ ਆਏ ਹੋ, ਠੀਕ ਹੈ ਨਾ? ਘਰੇ ਜਾ ਕੇ ਵੀ ਜਦੋਂ ਬਿਜਲੀ ਹੀਟਰ ਚਲਾਓਗੇ, ਬੱਲਬ ਚਲਾਓਗੇ, ਟੈਕਸ ਹੈ। ਮੋਬਾਈਲ ਫੋਨ ਤੇ ਵਧਾਈਆਂ ਆਉਂਦੀਆਂ ਹੋਣਗੀਆਂ, ਕਰਦੇ ਹੋਵੋਗੇ, ਹਾਂਜੀ ਅੱਜ ਹੋ ਗਿਆ ਫੰਕਸ਼ਨ, ਬਹੁਤ ਵਧੀਆ, ਮਿਲ ਗਿਆ ਕਰੋੜ ਰੁਪਇਆ, ਉਹ ਵੀ ਟੈਕਸ ਹੈ ਉਹ ਚੋ। ਸੋ ਆਪਣੇ ਆਪ ਨੂੰ ਕਿਸੇ ਗੱਲੋਂ ਇਸ ਗੱਲ ਨੂੰ ਸਮਝੋ ਕਿ ਅਸੀਂ ਤੁਸੀਂ ਯੋਗਦਾਨ ਪਾ ਰਹੇ ਹੋ, ਤੁਹਾਨੂੰ ਪੈਸਾ ਤੁਹਾਡਾ ਵਾਪਸ ਮਿਲ ਰਿਹਾ। ਪਹਿਲਾਂ ਕਿਉਂ ਨਹੀਂ ਮਿਲਦਾ ਸੀ? ਪਹਿਲਾਂ ਲੀਕੇਜ ਸੀ, ਤੁਸੀਂ ਤਾਂ ਦਿੰਦੇ ਸੀ ਟੈਕਸ, ਉਹ ਗਾਹਾਂ ਨਹੀਂ ਪਹੁੰਚਾਉਂਦੇ ਸੀ, ਰਸਤੇ 'ਚ ਰੁਕ ਜਾਂਦਾ ਸੀ ਪੈਸਾ। ਅਸੀਂ ਲੀਕੇਜ ਬੰਦ ਕਰਤੀ। ਅਰਵਿੰਦ ਕੇਜਰੀਵਾਲ ਜੀ ਨੇ ਇੱਕੋ ਗੱਲ ਸਿਖਾਈ ਹੈ ਕਿ ਇਮਾਨਦਾਰੀ ਨਾਲ ਕੰਮ ਕਰਨਾ, ਬਸ ਇਮਾਨਦਾਰੀ ਸਭ ਤੋਂ ਭਾਰੀ। ਤੁਸੀਂ ਇਮਾਨਦਾਰੀ ਨਾਲ ਕੰਮ ਕਰੀ ਚੱਲੋ, ਬਾਕੀ ਵਿਰੋਧੀ ਪਾਰਟੀਆਂ ਨੇ ਕੁਰਸੀ ਪਿੱਛੇ ਲੜਨਾ ਹੁੰਦਾ ਹੈ। ਆਹ ਮੈਨੂੰ ਐਂ ਨਹੀਂ ਕਹਿੰਦਾ, ਉਹ ਮੈਨੂੰ ਉਹ ਕਹਿੰਦਾ, ਆਹ ਐਂ ਨਹੀਂ ਕਹਿੰਦਾ, ਉਹ ਕਹਿੰਦਾ, ਕੋਈ ਪੰਜਾਬ ਦੇ ਮੁੱਦੇ ਨੇ ਇਹ? ਪੰਜਾਬ ਦੇ ਮੁੱਦੇ ਨੇ ਰੋਜ਼ਗਾਰ, ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜ਼ਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦ ਧੰਦਾ ਬਣਾਉਣਾ। ਪੰਜਾਬ ਦੇ ਮੁੱਦੇ ਨੇ ਇੰਡਸਟਰੀ ਲੈ ਕੇ ਆਉਣੀ ਤਾਂ ਕਿ ਰੈਵਨਿਊ ਆਵੇ। ਪੰਜਾਬ ਦੇ ਮੁੱਦੇ ਨੇ ਧਰਤੀ ਵਾਲੇ ਪਾਣੀ ਨੂੰ ਬਚਾਉਣਾ। ਪੰਜਾਬ ਦੇ ਮੁੱਦੇ ਨੇ ਜਿਹੜੀਆਂ 20-20 ਸਾਲ, 25-25, 30-30 ਸਾਲ ਤੋਂ ਕੱਸੀਆਂ ਬੰਦ ਪਈਆਂ ਨੇ ਖੇਤਾਂ ਵਾਲੀਆਂ, ਉੱਥੇ ਪਾਈਪਾਂ ਪਾ ਕੇ ਦੁਬਾਰੇ ਨਹਿਰਾਂ ਦਾ ਪਾਣੀ ਉੱਤੇ ਪਹੁੰਚਾਉਣਾ। ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ 'ਚ, ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ। ਇਹ ਪੰਜਾਬ ਦੇ ਮੁੱਦੇ ਥੋੜ੍ਹੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ, ਉਹਨੇ ਇਹਦੀ ਫੋਟੋ ਕਿਉਂ ਲਾ ਲਈ, ਉਹਦੇ ਉਹਦੀ ਫੋਟੋ ਕਿਉਂ ਲਾ ਲਈ, ਗੱਲ ਹੈ ਕੋਈ? ਸੋ ਮੈਂ ਤਾਂ ਉਹਨਾਂ 'ਤੇ ਧਿਆਨ ਦਿੰਦਾ ਹੀ ਨਹੀਂ, ਤੁਸੀਂ ਵੀ ਨਾ ਦਿਆ ਕਰੋ ਧਿਆਨ। ਹਰੇਕ ਕਹੀ ਜਾਂਦਾ ਮੈਂ ਪੰਜਾਬ ਬਚਾਉਣਾ, ਮੈਂ ਪੰਜਾਬ ਬਚਾਉਣਾ, ਇਹ ਨਹੀਂ ਦੱਸਦਾ ਕੋਈ ਲੁੱਟਿਆ ਕੀ ਨਹੀਂ ਸੀ। ਬਚਾਉਣ ਵਾਲੇ ਬੜੇ ਨੇ ਜੀ, ਲੁੱਟਿਆ ਕੀ ਨਹੀਂ ਸੀ, ਇਹ ਤਾਂ ਦੱਸ ਦਿਓ। ਤੂੰ ਤੁਹਾਡਾ ਤਾਂ ਰਾਜ ਰਿਹਾ, ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ, ਸਾਨੂੰ ਤਾਂ ਮਹੀਨੇ ਹੀ 20 ਹੋਏ ਨੇ, 20 ਮਹੀਨਿਆਂ 'ਚ ਤੁਸੀਂ ਐਂ ਕਰੋ, ਇੱਕ ਸਿੰਗਲ, ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ, ਜੇ ਤੁਹਾਡਾ ਇਲਜ਼ਾਮ ਲੱਗ ਜਾਏ ਭਗਵੰਤ ਮਾਨ ਨੇ, ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ। ਮੈਂ ਤਾਂ ਕਿਹਾ ਹੋਇਆ ਕਿ ਇੱਕ ਪਾਸੇ ਸਲਫਾਸ ਪਈ ਹੋਵੇ, ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ, ਮੈਂ ਸਲਫਾਸ ਦੀ ਗੋਲੀ ਖਾਊਂਗਾ, ਮੈਂ ਰੁਪਈਆ ਨਹੀਂ ਖਾਂਦਾ ਲੋਕਾਂ ਦਾ। ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ, ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਹਾਂ, ਉਹ ਫਿਲਮਾਂ 'ਚੋਂ, ਟੀਵੀਆਂ 'ਚੋਂ ਜਿੰਨੇ ਮਰਜ਼ੀ ਕਮਾ ਲੈਂਦੇ, ਇੱਥੋਂ ਥੋੜ੍ਹੀ ਕਮਾਉਣੇ ਸੀ ਫਿਰ। ਇੱਥੇ ਤਾਂ ਸਿਰਫ ਇਹੀ ਹੈ, ਜਦੋਂ ਮੇਰੇ ਕੋਲ ਫਾਈਲ ਆਉਂਦੀ ਹੈ, ਮੈਂ ਅਫਸਰ ਨੂੰ ਪੁੱਛਦਾ ਇਹਦੇ ਨਾਲ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ, ਇਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੁੰਦਾ। ਨਵੀਂ ਪੁਲਿਸ ਬਣਾਉਣੀ ਹੁਣ ਤਿਆਰ ਹੈ, ਬਸ ਉਹਦਾ ਨਾਮ ਹੈ SSF, ਸੜਕ ਸੁਰੱਖਿਆ ਫੋਰਸ। ਇਕੱਲੀਆਂ ਸੜਕਾਂ 'ਤੇ ਨਵੀਆਂ ਗੱਡੀਆਂ, ਟੋਇਟਾ ਹੀਲਿਕਸ ਜਿਹੜੀ ਦੁਬਈ ਪੁਲਿਸ ਕੋਲ ਨੇ, ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ, ਸਿਰਫ ਸੜਕਾਂ 'ਤੇ ਰਹਿਣਗੀਆਂ। ਕੋਈ ਟਰੱਕ ਖਰਾਬ ਹੋ ਕੇ ਖੜ ਗਿਆ, ਉਹਨੂੰ ਖਿੱਚ ਕੇ ਪਰਾਂ ਕਰ ਦਿਓ। ਕੋਈ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਉਹਨਾਂ ਕੋਲ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਸਟ ਏਡ ਦੇ ਸਮਾਨ ਤੱਕ, ਅਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਉਹਨਾਂ ਦੇ ਸੰਪਰਕ 'ਚ, ਸਭ ਤੋਂ ਨੇੜੇ ਵਾਲੇ ਹਸਪਤਾਲ 'ਚ ਲੈ ਕੇ ਜਾਓ। ਤੁਸੀਂ ਦੇਖਿਓ, ਇਹ ਗੱਲਾਂ ਅਸੀਂ ਕੋਈ ਗਰੰਟੀਆਂ 'ਚ ਨਹੀਂ ਲਿਖੀਆਂ ਮੈਨੀਫੈਸਟੋਆਂ 'ਚ, ਪਰ ਮੈਨੂੰ ਪਤਾ ਜਦੋਂ ਮੈਂ MP ਸੀ, ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ 'ਚ, ਉਦੋਂ 14 ਸੀ, ਹੁਣ ਵੱਧ ਗਿਆ। ਪੰਜਾਬ 'ਚ ਇੱਕ ਦਿਨ 'ਚ ਘੱਟੋ ਘੱਟ 17 ਤੋਂ 18 ਬੰਦੇ ਔਨ ਦਾ ਸਪੋਟ ਐਕਸੀਡੈਂਟ 'ਚ ਮਰਦੇ ਨੇ ਇੱਕ ਦਿਨ 'ਚ। ਜਿਹਨੂੰ ਮਹੀਨੇ 'ਚ ਕਰ ਲਈਏ 540, ਜੇ 12 ਨਾਲ ਗੁਣਾ ਕਰ ਲਈਏ ਸਾਲ 'ਚ, ਯਾਨੀ ਕਿ 7000 ਦੇ ਨੇੜੇ ਤੇੜੇ ਬੰਦਾ ਔਨ ਦਾ ਸਪੋਟ ਇੱਕ ਸਾਲ 'ਚ ਸੜਕ 'ਤੇ ਮਰ ਜਾਂਦਾ। ਕਾਰਨ, ਖੜ੍ਹੇ ਹੋਏ ਟਰੱਕ 'ਚ ਵੱਜੀ ਜੀ ਗੱਡੀ, ਓਵਰ ਸਪੀਡ ਸੀ ਜੀ, ਪਤਾ ਨਹੀਂ ਲੱਗਿਆ। ਜੇ ਉੱਥੇ ਪੁਲਿਸ ਹੋਊਗੀ, ਜਿਹੜੀ ਨਵੀਂ ਪੁਲਿਸ ਬਣਾਵਾਂਗੇ ਅਸੀਂ, ਉਹ ਨਾਲੇ ਤਾਂ ਉਹਨੂੰ ਦੇਖ ਕੇ ਹੌਲੀ ਚਲਾਉਣਗੇ, ਨਾਲੇ ਉਹ
ਆ ਜਿਹੜੇ ਕੋਈ ਗੰਨੇ ਵਾਲੀ ਟਰਾਲੀ ਕੋਈ ਤੂੜੀ ਵਾਲਾ ਟਰੱਕ ਖੜ ਗਿਆ ਪਲਟ ਗਿਆ ਉਹ ਕਲੀਅਰ ਕਰ ਦੇਣਗੇ। ਮੈਨੂੰ ਉਮੀਦ ਹੈ ਕਿ ਇਦੋਂ ਵੱਡਾ ਪੁੰਨ ਨਹੀਂ ਹੋਊਗਾ ਜੇ ਆਪਾਂ ਪਹਿਲੇ ਸਾਲ ਨੂੰ 50% ਤੇ ਵੀ ਲਈਏ, 3500 ਬੰਦੇ ਦੀ ਜਾਨ ਬਚਾ ਦਈਏ, ਇਦੋਂ ਵੱਡਾ ਪੁੰਨ ਹੋਊਗਾ ਕੋਈ? ਇਹ ਕਰਾਂਗੇ ਸ਼ੁਰੂ ਆਪਾਂ, ਕੰਮ ਤਾਂ ਆ ਨੇ ਜੀ ਕਰਨ ਵਾਲੇ, ਇਹ ਰੈਲੀਆਂ ਹੀ ਕਰੀ ਜਾਂਦੇ ਆ। ਉਹਨੇ ਰੈਲੀ ਵੱਡੀ ਕਰ ਲਈ, ਇਹਦੀ ਰੈਲੀ ਛੋਟੀ ਹੋ ਗਈ, ਮੈਂ ਹਾਈ ਕਮਾਂਡ ਨੂੰ ਦੱਸੂ, ਮੈਂ ਲੋਅ ਕਮਾਂਡ ਨੂੰ ਦੱਸੂ, ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਅ ਕਮਾਂਡ, ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ। ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ, ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਹੈ, ਕੋਈ ਰਾਹੁਲ ਗਾਂਧੀ ਦੇ ਕੋਟੇ 'ਚੋਂ ਹੈ, ਕੋਈ ਪ੍ਰਿਅੰਕਾ ਗਾਂਧੀ ਵਾਲੇ ਕੋਟੇ 'ਚੋਂ ਹੈ, ਕੋਈ ਸੋਨੀਆ ਗਾਂਧੀ ਵਾਲੇ ਕੋਟੇ 'ਚੋਂ ਹੈ, ਕੋਈ ਹਰਸਿਮਰਤ ਕੌਰ ਵਾਲੇ ਕੋਟੇ 'ਚੋਂ ਹੈ, ਕੋਈ ਮਜੀਠੀ ਵਾਲੇ ਕੋਟੇ 'ਚੋਂ ਹੈ, ਕੋਈ ਸੁਖਬੀਰ ਵਾਲੇ ਕੋਟੇ 'ਚੋਂ ਹੈ, ਇੱਕ ਮੈਂ ਹਾਂ ਲੋਕਾਂ ਵਾਲੇ ਕੋਟੇ 'ਚੋਂ ਹਾਂ ਜੀ। ਮੈਂ ਤਾਂ ਮੈਨੂੰ ਪੁੱਛ ਲੈਂਦੇ ਪੱਤਰਕਾਰ ਤੁਸੀਂ ਕਿਹੜੇ ਕੋਟੇ 'ਚੋਂ, ਮੈਂ 3.5 ਕਰੋੜ ਲੋਕਾਂ ਵਾਲੇ ਕੋਟੇ 'ਚੋਂ ਹਾਂ, ਮੈਂ ਤਾਂ ਪਬਲਿਕ 'ਚੋਂ ਆਇਆ ਹੋਇਆ, ਉੱਦਾਂ ਦਾ ਹੀ ਹਾਂ, ਇੱਦਾਂ ਹੀ ਰਹਾਂਗੇ। ਆਮ ਲੋਕਾਂ ਨੇ ਸਾਨੂੰ ਇੱਥੇ ਪਹੁੰਚਾਇਆ ਅਤੇ ਆਮ ਲੋਕਾਂ ਦੇ ਨਾਲ ਹੀ ਰਹਾਂਗੇ। 1 ਕਰੋੜ ਰੁਪਈਆ ਗੋਲਡ ਮੈਡਲ ਦਾ, 75 ਲੱਖ ਰੁਪਈਆ ਸਿਲਵਰ ਦਾ, 50 ਲੱਖ ਰੁਪਈਆ ਬ੍ਰੌਂਜ਼ ਦਾ, ਤੁਹਾਡਾ ਪੈਸਾ। ਪਹਿਲੇ ਇਦੋਂ ਪਹਿਲਾਂ ਮੈਨੂੰ ਪਲੇਅਰ ਮਿਲਦੇ ਰਹਿੰਦੇ ਆ, ਉਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਟੂਰਨਾਮੈਂਟ ਖਤਮ ਹੋਇਆ, 10 ਦਿਨਾਂ 'ਚ ਕਹਿੰਦੇ ਸਾਨੂੰ ਬੁਲਾ ਲੈਂਦੇ ਹੋ ਵੀ ਆ ਜਾਓ ਪੈਸੇ ਲੈ ਜਾਓ। ਕਹਿੰਦੇ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਸੀ ਇਹ ਕਿਹੜੇ ਟੂਰਨਾਮੈਂਟ ਦੇ ਦਿੰਦੇ ਨੇ, ਹੁਣ ਅਸੀਂ ਵੀ ਭੁੱਲ ਜਾਂਦੇ ਸੀਗੇ ਕਿਉਂਕਿ ਨੇੜੇ ਜਾ ਕੇ ਦਿੰਦੇ ਆ ਨਾ ਵੋਟਾਂ ਵੇਲੇ, ਵੀ ਹੁਣ ਯਾਦ ਰੱਖ ਲੈਣਗੇ ਲੋਕ ਨਾ। ਸੋ ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਸਾਡੇ ਗੁਰੂ, ਸਾਡੇ ਸ਼ਹੀਦ, ਸਾਡੇ 22-23 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ, ਉਹ ਸਾਡੇ ਰੋਲ ਮਾਡਲ ਨੇ, ਉਹ ਸਾਡੇ ਕੋਚ ਨੇ, ਉੱਥੋਂ ਸਿੱਖਿਆ ਲਈ ਹੋਈ ਆਪਾਂ। ਮੈਂ ਅਕਸਰ ਗੱਲ ਸੁਣਾਉਂਦਾ ਹੁੰਦਾ, ਕਿਸੇ ਨੇ ਸੁਣੀ ਵੀ ਹੋਊਗੀ ਜਾਂ ਨਹੀਂ ਵੀ ਸੁਣੀ, ਮੈਂ ਸੁਣਾ ਦਿੰਦਾ। ਹੁਸੈਨ ਬੋਲਟ ਦੀ ਗੱਲ ਹੈ, ਹੁਸੈਨ ਬੋਲਟ ਨੂੰ ਪੁੱਛਿਆ ਗਿਆ BBC ਦੇ ਇੰਟਰਵਿਊ 'ਚ ਕਿ ਤੇਰਾ ਕੋਚ ਕੌਣ ਹੈ, ਕਦੇ ਦੇਖਿਆ ਤਾਂ ਹੈ ਨਹੀਂ ਗਰਾਊਂਡ 'ਚ। ਉਹ ਕਹਿੰਦਾ ਜੀ ਮੇਰੇ ਕੋਚ ਨੂੰ ਆਉਣ ਨਹੀਂ ਦਿੰਦੇ ਗਰਾਊਂਡ 'ਚ। ਉਹ ਕਹਿੰਦੇ ਵੀ ਇਹ ਕਿਹੜੀ ਗੱਲ ਹੋ ਗਈ, ਤੂੰ ਚੈਂਪੀਅਨ ਹੈ ਯਾਰ, ਤੇਰਾ ਕੋਚ ਕਿਉਂ ਨਹੀਂ ਆਉਂਦਾ ਗਰਾਊਂਡ 'ਚ? ਕਹਿੰਦੇ ਨਾ ਜੀ ਮੈਂ ਮੇਰੇ ਕੋਚ ਨੂੰ ਪਤਾ ਨਹੀਂ ਕਿਉਂ ਨਹੀਂ ਆਉਣ ਦਿੰਦੇ। ਕਹਿੰਦੇ ਕੌਣ ਹੈ, ਨਾਂ ਤਾਂ ਦੱਸ, ਗੱਲ ਕਰਦੇ ਆਪਾਂ ਓਲੰਪਿਕ ਐਸੋਸੀਏਸ਼ਨ ਨਾਲ। ਕਹਿੰਦੇ ਦੱਸ ਦਿੰਦਾ ਜੀ ਪਰ ਆਉਣ ਨਹੀਂ ਦਿੰਦੇ ਉਹਨੂੰ। ਕਹਿੰਦੇ ਜੇ ਤੁਹਾਨੂੰ ਦੱਸ ਵੀ ਤਾਂ ਵੀ ਇਹਨਾਂ ਨੇ ਆਉਣ ਨਹੀਂ ਦੇਣਾ। ਕਹਿੰਦੇ ਦੱਸ ਤਾਂ ਸੀ ਕੌਣ ਹੈ, ਉਹ ਕਹਿੰਦੇ ਜਮੈਕਾ ਦੇ ਪਿੰਡਾਂ 'ਚ ਜੰਮੇ ਪਲੇ ਹਾਂ, ਜੰਗਲ ਸੀ, ਰਾਤ ਨੂੰ ਖਾਣਾ ਖਾਣ ਵਾਸਤੇ ਸ਼ਿਕਾਰ ਕਰਨਾ ਪੈਂਦਾ ਸੀ, ਜੰਗਲ 'ਚ ਸ਼ਿਕਾਰ ਕਰਨ ਜਾਂਦੇ ਸੀ, ਚੀਤੇ ਮਗਰ ਪੈ ਜਾਂਦੇ ਸੀ। ਕਹਿੰਦੇ ਉਹ ਚੀਤਾ ਮਗਰ ਪੈ ਜਾਂਦਾ ਸੀ ਬਸ, ਕਹਿੰਦਾ ਅਸੀਂ ਸੋਚਦੇ ਸੀ ਵੀ ਜੇ ਇੱਕ ਵੀ ਥੋੜ੍ਹਾ ਜਿਹਾ ਪੈਰ ਤਿਲਕ ਗਿਆ ਸਮਝ ਲਓ ਚੀਤਾ ਆ ਗਿਆ। ਸੋ ਚੀਤੇ ਤੋਂ ਬਚਣ ਵਾਸਤੇ ਭੱਜਦੇ ਸੀਗੇ ਜੀ। ਮੇਰੇ ਕੋਚ ਦਾ ਨਾਂ ਚੀਤਾ ਹੈ ਜੀ, ਕਹਿੰਦਾ ਲਿਆਓ ਗਰਾਊਂਡ 'ਚ ਉਹਨੂੰ ਕਿਵੇਂ ਲਿਆਓਗੇ? ਜਿਨ੍ਹਾਂ ਦੇ ਕੋਚ ਚੀਤੇ ਹੋਣ ਉਹਨਾਂ ਨੂੰ ਕੋਈ ਹਰਾ ਦੂਗਾ ਜੀ? ਅਤੇ ਜਿਨ੍ਹਾਂ ਆਪਣੇ ਵਰਗੇ, ਜਿਨ੍ਹਾਂ ਦੇ ਕੋਚ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹੋਣ, ਕੁਰਬਾਨੀਆਂ ਦੇ ਪੁੰਜ, ਜਿਨ੍ਹਾਂ ਦੇ ਗੁਰੂ ਸਰਬੰਸ ਵਾਰਨ ਵਾਲੇ ਹੋਣ, ਜਿਨ੍ਹਾਂ ਦੇ ਗੁਰੂ ਘਰ ਘਰ ਜਾ ਕੇ ਪੈਦਲ ਤੁਰ ਕੇ ਲੱਖਾਂ ਕਿਲੋਮੀਟਰ ਸੱਚਾਈ ਦਾ ਹੋਕਾ ਦੇਣ ਵਾਲੇ ਹੋਣ, ਉਹਨੂੰ ਕੋਈ ਹਰਾ ਦੂਗਾ ਜੀ? ਕੋਈ ਨਹੀਂ ਹਰਾ ਸਕਦਾ। ਜਜ਼ਬਾ, ਜਨੂੰਨ, ਇਹ ਬਹੁਤ ਵੱਡੀ ਚੀਜ਼ ਹੈ। ਸੋ ਆਪਣੇ ਆਪ ਨੂੰ ਕਦੇ ਵੀ ਛੋਟਾ ਨਹੀਂ ਸਮਝਣਾ ਕਿ ਵੱਡੇ ਵੱਡੇ ਪਲੇਅਰਾਂ 'ਚ ਕਈ ਜਾ ਕੇ ਆਪਾਂ ਘਰ ਆ ਜਾਂਦੇ ਹਾਂ ਕਿ ਯਾਰ ਇਹਦਾ ਵੱਡੇ ਪਲੇਅਰ ਨੇ ਸਾਸੀ ਸਾਡਾ ਇੱਥੇ ਕੀ ਬੱਟੀ ਦਾ। ਮੈਂ ਇੱਕ ਗੱਲ ਦੱਸ ਦਿੰਦਾ, ਇਹ ਸ਼ੇਅਰ ਯਾਦ ਰੱਖ ਲਿਓ, 1 ਰੁਪਈਆ
ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ, ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ, ਪਰ ਜੇ ਲੱਖ ਚੋਂ ਰੁਪਈਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ, 99,999 ਬਣ ਜਾਂਦਾ ਉਹ। ਸੋ ਹਰੇਕ ਰੁਪਈਏ ਦੀ ਵੀ ਵੈਲਿਊ ਹੈ। ਜਹਾਜ਼ ਹੁੰਦਾ ਬਹੁਤ ਵੱਡਾ, A320 ਬੋਇੰਗ ਵਾਲਿਆਂ ਦੇ ਨੇ, 747-780 350 ਸਵਾਰੀਆਂ, ਉਹਨਾਂ ਦਾ ਸਮਾਨ 1.25 ਲੱਖ ਲੀਟਰ ਤੇਲ ਆਪਦਾ ਭਾਰ ਲੈ ਕੇ ਉੱਡ ਜਾਂਦਾ, ਇੰਨਾ ਤਾਕਤਵਰ ਹੁੰਦਾ ਜੀ। ਪਰ ਜਦੋਂ ਉਹ ਏਅਰਪੋਰਟ ਦੇ ਗੇਟ 'ਤੇ ਲੱਗਿਆ ਖੜਾ ਹੁੰਦਾ ਉਦੋਂ ਉਹਦੀ ਕੀਮਤ 0 ਹੁੰਦੀ ਹੈ ਜੀ, ਕਿਉਂਕਿ ਜਹਾਜ਼ 'ਤੇ ਬੈਗ ਗੇਅਰ ਨਹੀਂ ਹੁੰਦਾ ਜੀ। ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ, ਉਹ ਜਹਾਜ਼ ਨੂੰ ਐਂ ਕਰਕੇ ਸਿੱਧਾ ਕਰ ਦਿੰਦਾ ਰਨਵੇ ਵੱਲ ਨੂੰ। ਫਿਰ ਜਹਾਜ਼ ਉਹਨੂੰ ਕਹਿੰਦਾ ਵੀ ਓਕੇ ਥੈਂਕ ਯੂ ਵੈਰੀ ਮੱਚ, ਹੁਣ ਤੇਰਾ ਕੰਮ ਖਤਮ, ਮੇਰਾ ਸ਼ੁਰੂ। ਉਹ ਟਰੈਕਟਰ ਪਰਾਂ ਹੋ ਜਾਂਦਾ, ਉਹ ਤੋਂ ਬਾਅਦ ਉੱਡ ਜਾਂਦਾ। ਅੱਗੇ ਉਹਦੇ ਇੰਜਣਾਂ 'ਤੇ ਡਿਪੈਂਡ ਕਰਦਾ, ਉਹ ਦਿੱਲੀਓਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ, ਜਾਂ ਫਿਰ ਦਿੱਲੀਓਂ ਉੱਡ ਕੇ 14 ਘੰਟਿਆਂ ਬਾਅਦ ਸਾਨ ਫਰਾਂਸਿਸਕੋ ਉਤਰਦਾ। ਇਹ ਉਹਦੇ ਇੰਜਣਾਂ 'ਤੇ ਡਿਪੈਂਡਡ ਹੈ। ਆਹ ਮੇਰੇ ਸਾਹਮਣੇ ਮੇਰਾ ਪੰਜਾਬ ਦਾ ਯੂਥ ਬੈਠਾ ਸਾਰਾ, ਮੈਨੂੰ ਕੋਈ ਸ਼ੱਕ ਨਹੀਂ ਕਿ ਤੁਸੀਂ ਜਹਾਜ਼ ਹੋ ਅਤੇ ਤਾਕਤਵਰ ਇੰਜਣ ਵਾਲੇ ਜਹਾਜ਼ ਹੋ, ਪਰ ਹੁਣ ਤੱਕ ਸਾਨੂੰ ਕੋਈ ਲੀਡਰ ਜਾਂ ਕੋਈ ਐਸੇ ਕੋਚ ਟਰੈਕਟਰ ਵਰਗੇ ਨਹੀਂ ਮਿਲੇ ਜਿਹੜੇ ਸਾਨੂੰ ਸਿੱਧਾ ਕਰ ਦੇਣ ਅਤੇ ਬਾਕੀ ਅਸੀਂ ਉੱਡ ਲਈਏ। ਸੋ ਹੁਣ ਤੁਹਾਨੂੰ ਅਸੀਂ ਕੋਚਿਸ ਵੀ ਅਤੇ ਸਰਕਾਰ ਵੱਲੋਂ ਵੀ ਅਸੀਂ ਇੱਕ ਟਰੈਕਟਰ ਬਣ ਕੇ ਤੁਹਾਨੂੰ ਸਿੱਧਾ ਕਰਕੇ ਰਨਵੇ ਵੱਲ ਕਰ ਦਾਂਗੇ। ਅੱਗੇ ਮੈਨੂੰ ਤੁਹਾਡੇ ਇੰਜਣਾਂ 'ਤੇ ਯਕੀਨ ਹੈ, ਪੱਕਾ ਯਕੀਨ ਹੈ ਕਿ ਤੁਸੀਂ 14-15 ਘੰਟਿਆਂ ਦੀ ਫਲਾਈਟ ਆ ਕੇ ਵੈਨਕੂਵਰ ਸਨ ਫਰਾਂਸਿਸਕੋ ਉਤਰਨ ਵਾਲੇ ਜਹਾਜ਼ ਹੋ, ਛੋਟੇ ਜਹਾਜ਼ ਨਹੀਂ ਹੈਗੇ ਤੁਸੀਂ, ਇਹ ਮੈਨੂੰ ਯਕੀਨ ਹੈ। ਔਰ ਤੁਹਾਡੇ ਕੋਚਿਸ ਜਿਹੜੇ ਨੇ ਉਹਨਾਂ ਲਈ ਵੀ ਅਸੀਂ ਪਾਲਿਸੀ ਬਣਾਈ ਹੈ, ਜਿੰਨੇ ਵੀ ਪਲੇਅਰ ਵਿਨਰ ਨੇ ਉਹਨਾਂ ਦੇ ਕੋਚ ਨੂੰ ਵੀ, ਜਿੰਨੀ ਪਲੇਅਰ ਨੂੰ ਰਾਸ਼ੀ ਮਿਲੂਗੀ ਉਹਦਾ 40% ਉਹਦੇ ਕੋਚ ਨੂੰ ਵੀ ਦੇਵਾਂਗੇ, ਅਤੇ ਪਲੇਅਰ ਤੋਂ ਲਿਖਾਵਾਂਗੇ, ਲਿਖ ਕੇ ਦੇਊਗਾ ਪਲੇਅਰ ਕਿ ਹਾਂਜੀ ਮੈਨੂੰ ਇਹਨਾਂ ਨੇ ਕੋਚਿੰਗ ਦਿੱਤੀ ਹੈ। ਸੋ ਉਹਨਾਂ ਨੂੰ ਪਲੇਅਰਾਂ ਨੂੰ ਜਿੰਨੀ ਰਾਸ਼ੀ ਮਿਲ ਰਹੀ ਹੈ ਉਹਦਾ 40% ਉਹਦੇ ਕੋਚ ਨੂੰ ਵੀ ਦੇਵਾਂਗੇ, ਤਾਂ ਕਿ ਉਹ ਹੋਰ ਹੌਸਲੇ ਨਾਲ ਕੰਮ ਕਰੇ, ਹੋਰ ਪਲੇਅਰ ਵੱਖ ਵੱਖ ਖੇਡਾਂ ਦੇ ਵਿੱਚ ਸਾਡੇ ਉਹ ਨਾਮ ਰੌਸ਼ਨ ਕਰਨ ਸਾਡੇ ਪਲੇਅਰ ਜਿਹੜੇ ਨੇ। ਸੋ ਆਪਾਂ ਫਿਰ ਕਹਿੰਦੇ ਹਾਂ ਕਿ ਲੱਗੇ ਰਹੋ, ਜਜ਼ਬੇ ਨਾਲ ਲੱਗੇ ਰਹੋ, ਔਰ ਕੋਈ ਫਰਕ ਨਹੀਂ ਪੈਂਦਾ, ਕਈ ਵਾਰੀ ਦੂਜਾ ਤੀਜਾ ਨੰਬਰ ਆ ਜਾਂਦਾ, ਫਿਰ ਕੋਈ ਫਰਕ ਨਹੀਂ ਪੈਂਦਾ, ਅਗਲੀ ਵਾਰ ਆ ਜਾਊਗਾ। ਜੋ ਲੰਬੀ ਛਾਲ ਵਾਸਤੇ ਸਭ ਤੋਂ ਪਹਿਲਾਂ ਕਈ ਕਦਮ ਪਿੱਛੇ ਤਾਂ ਹੋਣਾ ਪੈਂਦਾ ਨਾ, ਫਿਰ ਹੀ ਲੰਬੀ ਛਾਲ ਵੱਜਦੀ ਹੈ। ਔਰ ਜਿਹਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ। ਫਿਰ ਗਲਤੀਆਂ ਕੰਮ ਦੌਰਾਨ ਹੋਣਗੀਆਂ, ਘਰੇ ਬੈਠਾ ਤੂੰ ਕੀ ਗਲਤੀਆਂ ਹੋ ਜਾਣਗੀਆਂ ਜੀ, ਗਲਤੀਆਂ ਕੰਮ ਦੌਰਾਨ ਹੁੰਦੀਆਂ ਨੇ। ਸੋ ਆਪਣੇ ਆਪ ਦਾ ਇੱਕ ਹੈਸੀਅਤ, ਆਪਣਾ ਇੱਕ ਜਗ੍ਹਾ ਬਣਾ ਕੇ ਰੱਖੋ। ਐਲਨ ਮਸਕ ਜਿਹੜਾ ਹੁਣ ਉਹਨੇ ਉਹਦਾ ਨਾਂ ਐਕਸ ਰੱਖਤਾ, ਪਹਿਲਾਂ ਟਵਿੱਟਰ ਸੀ, ਜਿਹੜਾ ਬਹੁਤ ਅਮੀਰ, ਦੁਨੀਆ ਦਾ ਨੰਬਰ 1 ਅਮੀਰ ਬੰਦਾ ਐਲਨ ਮਸਕ, ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ। ਉਹ ਕਹਿੰਦੀ ਮੈਂ ਅਸਤੀਫਾ ਦੇਣਾ, ਮੈਂ ਤੁਹਾਡੇ ਦਫ਼ਤਰ 'ਚ ਆਹ ਉਹਦੇ 'ਤੇ ਹਾਂ, ਮੈਂ ਅਸਤੀਫਾ ਦੇਣਾ। ਉਹ ਕਹਿੰਦਾ ਓਕੇ ਅਸਤੀਫਾ ਤਾਂ ਚੱਲ ਦੇ ਜਾ, ਮੈਂ ਬਾਅਦ 'ਚ ਪ੍ਰਵਾਨ ਕਰੂੰ, ਪਹਿਲਾਂ 1 ਲੱਖ ਡਾਲਰ ਚੱਕ, ਤੈਨੂੰ ਵੈਸੇ ਹੀ ਦੇਤਾ 1 ਲੱਖ ਡਾਲਰ, ਜਾਂ ਦੁਨੀਆ ਘੁੰਮਿਆ, 1 ਮਹੀਨਾ ਦੁਨੀਆ ਘੁੰਮਿਆ, ਆ ਕੇ ਕਰਦਿਆਂ ਤੇਰੇ ਅਸਤੀਫੇ 'ਤੇ ਫੈਸਲਾ। ਉਹਨੇ ਆਖਿਆ ਤਾਂ ਵਧੀਆ ਗੱਲ ਹੈ, 1 ਲੱਖ ਡਾਲਰ ਐਵੇਂ ਮਿਲ ਗਿਆ ਮੈਨੂੰ। ਉਹ ਘੁੰਮਣ ਚਲੀ ਗਈ, ਪੂਰੀ ਦੁਨੀਆ ਘੁੰਮਿਆ ਜੀ, ਮਹੀਨੇ ਬਾਅਦ ਆਈ, ਕਹਿੰਦੀ ਜੀ ਮੈਂ ਘੁੰਮਿਆ ਜੀ,
ਤੇ ਮੇਰੇ ਅਸਤੀਫੇ ਦੱਸੋ। ਕਹਿੰਦਾ ਅੱਛਾ ਆਹ ਪਿਆ ਤੇਰਾ ਅਸਤੀਫਾ, ਅਸਤੀਫਾ ਪ੍ਰਵਾਨ ਜਾ। ਉਹ ਕਹਿੰਦੀ ਵੀ ਜੇ ਆਈ ਕਰਨਾ ਸੀ ਫਿਰ ਪਹਿਲੇ ਦਿਨ ਹੀ ਕਰ ਲੈਂਦੇ ਜੀ। ਮਹੀਨਾ ਮੈਨੂੰ ਕਿਹਾ ਵੀ ਤੁਸੀਂ ਲੱਖ ਡਾਲਰ ਖਰਚਿਆ ਨਾਲੇ ਮੇਰੇ ਤੇ ਬਜਾਇਆ ਘੁੰਮਿਆ, ਇਹਦੇ ਨਾਲ ਕੀ ਫਰਕ ਪੈ ਗਿਆ। ਉਹ ਕਹਿੰਦਾ ਅਸਲ 'ਚ ਨਾ ਮੈਂ ਤੈਨੂੰ ਜਾਣਦਾ ਨਹੀਂ ਸੀ ਕਿ ਤੇਰੀ ਦਫ਼ਤਰ 'ਚ ਕਿੰਨੀ ਕੁ ਅਹਿਮੀਅਤ ਹੈ ਮੇਰੇ ਦਫ਼ਤਰ 'ਚ। ਕਹਿੰਦਾ ਜੇ ਤਾਂ ਤੇਰੀ ਅਹਿਮੀਅਤ ਹੁੰਦੀ ਤੂੰ ਜਿੱਦਾਂ ਗਈ ਹੈ ਦੂਜੇ ਤੀਜੇ ਦਿਨ ਹੀ ਰੌਲਾ ਪੈਂਦਾ ਦਫ਼ਤਰ 'ਚ। ਭਾਈ ਉਹ ਕੁੜੀ ਆ ਨਹੀਂ ਰਹੀ, ਕੰਮ ਰੁਕੇ ਪਏ ਨੇ, ਵੀ ਉਹਦਾ ਉਹਨੂੰ ਜਾਂ ਤਾਂ ਉਹਨੂੰ ਵਾਪਸ ਬੁਲਾਓ ਜਾਂ ਉਹ ਥਾਂ 'ਤੇ ਕੋਈ ਲੈ ਕੇ ਆਓ। ਫਿਰ ਤੇਰੀ ਕਹਿੰਦਾ ਮੈਨੂੰ ਅਹਿਮੀਅਤ ਪਤਾ ਲੱਗ ਜਾਂਦੀ ਵੀ ਤੇਰੇ ਬਿਨਾਂ ਸਰਦਾ ਨਹੀਂ। ਕਹਿੰਦਾ ਮਹੀਨਾ ਮੇਰੇ ਕੋਲ ਕੋਈ ਆਇਆ ਹੀ ਨਹੀਂ, ਆਪ ਚੱਕ ਅਸਤੀਫਾ ਜਾ। ਇਹਦਾ ਮਤਲਬ ਉਹਦੀ ਦਫ਼ਤਰ 'ਚ ਕੋਈ ਅਹਿਮੀਅਤ ਹੀ ਹੈ ਨਹੀਂ ਸੀ। ਉਹਨੇ ਚੈੱਕ ਕਰ ਲਿਆ ਮਹੀਨੇ 'ਚ ਇਹ ਵੀ ਜੇ ਤਾਂ ਰੌਲਾ ਪੈਂਦਾ ਦਫ਼ਤਰ 'ਚ ਫਿਰ ਤਾਂ ਬੁਲਾ ਲੈਂਦੇ ਇਹਨੂੰ ਦੁਬਾਰੇ। ਹੁਣ ਕਹਿੰਦਾ ਜਦੋਂ ਤੇਰਾ ਪਤਾ ਹੀ ਨਹੀਂ ਹੈਗਾ ਵੀ ਤੂੰ ਕੌਣ ਹੈ, ਤੇਰੇ ਬਿਨਾਂ ਦਫ਼ਤਰ ਵੈਸੇ ਵੀ ਚੱਲੀ ਗਿਆ। ਸੋ ਆਪਣੀ ਹੈਸੀਅਤ ਜ਼ਰੂਰ ਬਣਾਓ ਜਿੱਥੇ ਵੀ ਬੈਠੋਗੇ ਨਾ, ਕੁਰਸੀਆਂ 'ਤੇ ਬਹਿੰਦੇ ਹੋ ਜਾਂ ਜਿੱਥੇ ਵੀ ਜਾਂਦੇ ਹੋ, ਕਿ ਹਾਂ ਤੁਹਾਡੇ ਬਿਨਾਂ ਸਰੇ ਨਾ ਫਿਰ।